ਗੁਰੂ ਪਿਆਰੀ ਸਤ ਸੰਗਤ ਜੀ ਹੋ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਨੂੰ ਸਿੱਧ ਅਤੇ ਨਾਲਤ ਸਵਾਲ ਪੁੱਛਦੇ ਹਨ ਕਿ ਕਿਸ ਤਰ੍ਹਾਂ ਮਿਲਣ ਹੋਵੇ ਅਤੇ ਮਨ ਦੀ ਚਾਲ ਨੂੰ ਕਿਸ ਤਰ੍ਹਾਂ ਅਸੀਂ ਬਦਲੀਏ, ਕਿਉਂਕਿ ਪਰਮਾਤਮਾ ਜੇ ਸੱਚ ਹੈ ਤਾਂ ਫਿਰ ਮਿਲਣ ਦੇ ਵਿੱਚ ਦੀਵਾਰ ਕੀ ਹੈ। ਕਿਉਂਕਿ ਸੱਚ ਨੂੰ ਮਿਲਣਾ ਹੋਵੇ ਕੋਈ ਦੀਵਾਰ ਨਹੀਂ ਹੁੰਦੀ, ਜੇ ਝੂਠ ਨੂੰ ਮਿਲਣਾ ਹੋਵੇ ਉੱਥੇ ਕਈ ਦਫ਼ਾ ਦੀਵਾਰ ਖੜ੍ਹੀ ਹੋ ਜਾਂਦੀ ਹੈ। ਜੇ ਮੈਂ ਇਸ ਤਰ੍ਹਾਂ ਅਰਜ਼ ਕਰਾਂ, ਕਿਸੇ ਮਨੁੱਖ ਨੂੰ ਮਿਲਣਾ ਹੋਵੇ ਦੀਵਾਰ ਖੜ੍ਹੀ ਹੈ, ਪਹਿਰੇਦਾਰ ਖੜ੍ਹਾ ਹੈ, ਜਾਂ ਫਿਰ ਉਸਦਾ ਕੋਈ ਬਾਡੀਗਾਰਡ ਖੜ੍ਹਾ ਹੈ, ਨਹੀਂ ਮਿਲ ਸਕਦੇ। ਅਤੇ ਦੂਜੀ ਤਰਫ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਮਿਲਣਾ ਹੋਵੇ, ਸੱਚ ਨੂੰ ਮਿਲਣਾ ਹੋਵੇ, ਤਾਂ ਆਪ ਜੀ ਕਿਸੇ ਵੇਲੇ ਵੀ ਆ ਕੇ ਮਿਲ ਸਕਦੇ ਹੋ, ਕੋਈ ਦੀਵਾਰ ਨਹੀਂ ਹੈ, ਕੋਈ ਰੁਕਾਵਟ ਨਹੀਂ। ਪਰ ਉਸ ਸੱਤ ਨਾਲ ਜੁੜਨਾ ਹੋਵੇ ਤਾਂ ਫਿਰ ਰੁਕਾਵਟ ਕੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਸੱਚ ਨੂੰ ਮਿਲਣਾ ਹੋਵੇ ਇੱਕੋ ਹੀ ਦੀਵਾਰ ਹੈ, ਉਹ ਹੈ ਝੂਠ ਦੀ ਦੀਵਾਰ, ਕੂੜ ਦੀ ਪਾਲ। ਅਤੇ ਜਿਸ ਦਿਨ ਇਹ ਕੂੜ ਦੀ ਪਾਲ ਟੁੱਟਦੀ ਹੈ, ਗਿਰਦੀ ਹੈ, ਤਾਂ ਉਸੇ ਵੇਲੇ ਦੀਦਾਰ ਹੋ ਗਏ, ਦਰਸ਼ਨ ਹੋ ਗਏ। ਕਿਉਂਕਿ ਵਿਹੜਾ ਪਹਿਲਾਂ ਇੱਕੋ ਹੀ ਸੀ ਅਤੇ ਦੀਵਾਰ ਖੜ੍ਹੀ ਕੀਤੀ, ਦੋ ਹੋ ਗਏ। ਆਤਮਾ ਅਤੇ ਪਰਮਾਤਮਾ ਇੱਕੋ ਹੀ ਸੀ, ਇੱਕੋ ਹੀ ਹੈ, ਝੂਠ ਦੀ ਦੀਵਾਰ ਕਰਕੇ ਦੋ ਦਿਸਦੇ ਨੇ, ਦੋ ਲੱਗਦੇ ਨੇ। ਗੁਰੂ ਨਾਨਕ ਸਾਹਿਬ ਜੀ ਇਹਨਾਂ ਸਵਾਲਾਂ ਦੇ ਜਵਾਬ ਦਿੰਦੇ ਨੇ ਕਿ ਇੱਕ ਬਹੁਤ ਵੱਡਾ ਕਾਰਜ ਮਨੁੱਖ ਦਾ ਜੋ ਕਿ ਨਹੀਂ ਹੋ ਰਿਹਾ, ਕਿਹੜਾ ਕਾਰਜ ਹੈ? ਉਸ ਪ੍ਰਭੂ ਨਾਲ ਮਿਲਣ। ਧੰਨ ਗੁਰੂ ਨਾਨਕ ਸਾਹਿਬ ਨੂੰ ਕਹਿਣਾ ਪਿਆ ਨਾ ਮਨ ਮਰੇ ਨਾ ਕਾਰਜ ਹੋਏ। ਧਿਆਨ ਦੇ ਨਾਲ ਸੁਣਨਾ ਕਿ ਜੋ ਮਨ ਹੈ ਉਹ ਤਾਂ ਮਰਦਾ ਹੀ ਨਹੀਂ, ਇੱਕ ਤੋਂ ਇੱਕ ਵਿਚਾਰ ਚੱਲਦੇ ਹੀ ਰਹਿੰਦੇ ਨੇ, ਚੱਲਦੇ ਹੀ ਰਹਿੰਦੇ ਨੇ। ਔਰ ਮਨੁੱਖ ਵਿਚਾਰਾਂ ਦੇ ਵਿੱਚ ਹੀ ਖੋ ਕੇ ਰਹਿ ਗਿਆ। ਇਹ ਕਈ ਦਫ਼ਾ ਅਸੀਂ ਮਨੁੱਖ ਨੂੰ ਕਹਿ ਦਿੰਦੇ ਹਾਂ ਤੂੰ ਕਿੱਥੇ ਖੋ ਗਿਆ, ਵਿਚਾਰਾਂ ਵਿੱਚ ਖੋ ਗਿਆ। ਵਿਚਾਰ ਕੀ ਸਨ? ਜਾਂ ਬੀਤੇ ਹੋਏ ਸਮੇਂ ਦੇ ਵਿਚਾਰ, ਜਾਂ ਆਉਣ ਵਾਲੇ ਸਮੇਂ ਦੇ ਵਿਚਾਰ, ਇਹ ਵਿਚਾਰ ਨੇ ਕਿ ਸਮਾਂ ਹੱਥ 'ਚੋਂ ਨਿਕਲ ਗਿਆ, ਇੱਕ ਉਹਦਾ ਪਛਤਾਵਾ, ਇੱਕ ਸਮਾਂ ਆ ਰਿਹਾ ਹੈ ਉਹਦੀ ਚਿੰਤਾ। ਮਨ ਇਹਦੇ ਵਿੱਚ ਉਲਝਿਆ ਹੋਇਆ ਹੈ। ਇਹਦੇ ਵਿੱਚ ਮਨਵਸ ਦੂਤਾ ਤੁਰਮਤ ਦੋਏ, ਜਿਹੜਾ ਮਨ ਹੈ ਉਹ ਦੂਤਾਂ ਦੇ ਵਸ਼ ਵਿੱਚ ਹੈ। ਦੂਤ ਕਿਹੜੇ? ਕਈ ਦਫ਼ਾ ਅਸੀਂ ਉਸਨੂੰ ਵੀ ਦੂਤ ਕਹਿ ਦਿੰਦੇ ਹਾਂ, ਜਮਦੂਤ। ਧਾਰਮਿਕ ਪੁਰਸ਼ਾਂ ਦਾ ਕਹਿਣਾ ਹੈ ਕਿ ਇੱਕ ਤਰਫ ਜਮਦੂਤ ਹੋਣ ਔਰ ਦੂਜੀ ਤਰਫ ਪੰਜ ਦੂਤ ਹੋਣ, ਅਤੇ ਕਿਹੜੇ ਤਾਕਤਵਰ ਨੇ ਦੋਵਾਂ ਦੇ ਵਿੱਚੋਂ? ਅਤੇ ਉਹ ਧਾਰਮਿਕ ਪੁਰਸ਼ ਕੀ ਕਹਿੰਦੇ ਨੇ?
ਜਮਦੂਤ ਉਹਨਾਂ ਦਾ ਇੱਕੋ ਹੀ ਕੰਮ ਹੁੰਦਾ ਹੈ, ਵਾਰ ਵਾਰ ਜਨਮ ਕਰਾਉਣਾ, ਵਾਰ ਵਾਰ ਜਨਮ ਕਰਾਉਣਾ, ਕਿਉਂਕਿ ਮਰਨਾ ਅਤੇ ਜਨਮ ਕਰਾਉਣਾ। ਜਮ ਦੋਤ ਇੱਕ ਉਹ ਤਾਕਤ, ਇੱਕ ਉਹ ਹਸਤੀ ਜੋ ਵਾਰ ਵਾਰ ਜੰਮਣ 'ਤੇ ਮਜਬੂਰ ਕਰਦੀ ਹੈ, ਮਜਬੂਰ ਕਰਦੀ ਹੈ। ਕੱਲ੍ਹ ਮੈਂ ਅਰਜ ਕਰ ਰਿਹਾ ਸੀ ਕਿ ਗੁਰੂ ਸਾਹਿਬ ਨੇ ਜੋ ਇੱਕ ਨਹੀਂ ਤਿੰਨ ਸੰਭਾਵਨਾਵਾਂ ਮਨੁੱਖ ਦੇ ਅੰਦਰ ਪਾਈਆਂ ਨੇ, ਤੂੰ ਦੇਵਤਾ ਵੀ ਬਣ ਸਕਦਾ ਹੈ, ਤੂੰ ਦੈਂਤ ਵੀ ਬਣ ਸਕਦਾ ਹੈ, ਔਰ ਜਿਸ ਤਰ੍ਹਾਂ ਦਾ ਤੂੰ ਪੈਦਾ ਹੋਇਆ ਹੈ ਇਸੇ ਤਰ੍ਹਾਂ ਜੀਵਨ ਸਮਾਪਤ ਵੀ ਕਰ ਸਕਦਾ ਹੈ। ਇਹ ਗੱਲਾਂ ਅਤੇ ਜੇਕਰ ਗੱਲ ਨਹੀਂ ਸੁਣੀ, ਗੱਲ ਨਹੀਂ ਮੰਨੀ, ਫਿਰ ਤੈਨੂੰ ਜੰਮਣ 'ਤੇ ਮਜਬੂਰ ਹੋਣਾ ਪਏਗਾ, ਮਜਬੂਰ ਹੋਣਾ ਪਏਗਾ। ਆਪ ਜੀ ਨੂੰ ਇੱਕ ਛੋਟੀ ਜਿਹੀ ਕਥਾ ਸੁਣਾ ਦੇਵਾਂ, ਗਾਥਾ, ਗੱਲ ਸਮਝ ਆ ਜਾਵੇ। ਇੱਕ ਸੰਗੀਤਕਾਰ ਜਦੋਂ ਸੰਗੀਤ ਪੇਸ਼ ਕਰਦਾ ਹੈ ਪਿੰਡ ਦੇ ਵਿੱਚ, ਪਰ ਉਹਦਾ ਸੰਗੀਤ ਵੀ ਕੈਸਾ, ਜਿਸ ਨੂੰ ਕਹਿੰਦੇ ਹਾਂ ਸ਼ਾਸਤਰੀ ਸੰਗੀਤ, ਸੁਰ ਤਾਲ ਸਰਗਮ ਰਿਦਮ ਬਹੁਤ ਪੱਕੀ, ਜਾਂ ਇਸ ਤਰ੍ਹਾਂ ਕਹਿ ਲਓ ਰਾਗਾਂ ਵਿੱਚ ਗਾਣਾ। ਅਤੇ ਜਦੋਂ ਉਹ ਗੀਤ ਪੇਸ਼ ਕਰਦਾ ਹੈ ਤਾਂ ਛੋਟਾ ਜਿਹਾ ਬੱਚਾ ਕਹਿੰਦਾ ਹੈ ਇਹੀ ਗੀਤ ਫਿਰ ਦੁਬਾਰਾ ਸੁਣਾ, ਛੋਟਾ ਜਿਹਾ ਬੱਚਾ। ਤਾਂ ਉਹ ਸੰਗੀਤਕਾਰ ਤਾਂ ਪਹਿਲਾਂ ਹੈਰਾਨ ਹੋ ਜਾਂਦਾ ਹੈ ਕਿ ਜੋ ਸੰਗੀਤ ਮੈਂ ਗਾਇਆ ਇਸ ਦੀ ਸਮਝ ਵੱਡੇ ਵੱਡੇ ਵਿਦਵਾਨ ਪੁਰਸ਼ਾਂ ਦੇ ਕੋਲ ਵੀ ਬਾ ਮੁਸ਼ਕਲ ਦੇ ਨਾਲ ਹੈ, ਪਰ ਇਸ ਬੱਚੇ ਨੂੰ ਸਮਝ ਹੈ ਕਿ ਦੁਬਾਰਾ ਗਾ। ਅਤੇ ਉਸਨੇ ਦੁਬਾਰਾ ਜਦੋਂ ਉਹ ਗੀਤ ਗਾਇਆ, ਫਿਰ ਦੂਜਾ ਬੱਚਾ ਉੱਠਿਆ, ਉਹ ਕਹਿੰਦਾ ਹੈ ਇਹੀ ਗੀਤ ਇੱਕ ਦਫਾ ਹੋਰ। ਕਹਿੰਦੇ ਨੇ ਇਸੇ ਤਰ੍ਹਾਂ ਪੂਰੀ ਰਾਤ ਇੱਕੋ ਹੀ ਗੀਤ ਚੱਲਦਾ ਰਿਹਾ, ਗੀਤ ਦੀ ਸਮਾਪਤੀ ਹੁੰਦੀ ਹੈ, ਫਿਰ ਕੋਈ ਹੋਰ ਬੱਚਾ ਖੜਾ ਹੁੰਦਾ ਹੈ, ਕਹਿੰਦਾ ਹੈ ਵੰਸ ਮੋਰ, ਇੱਕ ਦਫਾ ਹੋਰ, ਇੱਕ ਦਫਾ ਹੋਰ। ਉਹੀ ਗੀਤ ਸਾਰੀ ਰਾਤ ਚੱਲਦਾ ਰਿਹਾ, ਕਦੇ ਕੋਈ ਬੱਚਾ ਉੱਠਦਾ ਹੈ, ਕਦੇ ਕੋਈ ਬੱਚਾ ਉੱਠਦਾ ਹੈ, ਕਦੇ ਕੋਈ ਬੱਚਾ ਉੱਠਦਾ ਹੈ, ਔਰ ਕਹਿੰਦਾ ਹੈ ਇੱਕ ਦਫਾ ਹੋਰ, ਇੱਕ ਦਫਾ ਹੋਰ, ਇੱਕ ਦਫਾ ਹੋਰ। ਉਹ ਸੰਗੀਤਕਾਰ ਕੀ ਕਹਿੰਦਾ ਹੈ ਕਿ ਹੁਣ ਮੇਰਾ ਗਲਾ ਥੱਕ ਗਿਆ ਹੈ, ਇੱਕੋ ਹੀ ਗੀਤ ਗਾ ਗਾ ਕੇ ਗਲਾ ਥੱਕ ਗਿਆ, ਅਤੇ ਹੁਣ ਸਾਰੇ ਬੱਚਿਆਂ ਨੂੰ ਮੇਰੀ ਇੱਕ ਅਰਜ਼ੋਈ ਹੈ ਕਿ ਮੇਰਾ ਗੀਤ ਸਮਾਪਤ ਹੋਵੇ ਤਾਂ ਫਿਰ ਕਿਸੇ ਨੇ ਵੀ ਨਾ ਕਹਿਣਾ ਵੰਸ ਮੋਰ, ਕਿਸੇ ਨੇ ਵੀ ਨਾ ਕਹਿਣਾ। ਅਤੇ ਉਸੇ ਵੇਲੇ ਬੱਚਾ ਉੱਠ ਪਿਆ, ਔਰ ਉਹ ਕੀ ਕਹਿੰਦਾ ਹੈ ਬੱਚਾ, ਉਹ ਸੰਗੀਤਕਾਰ ਨੂੰ ਕਹਿੰਦਾ ਹੈ ਤੇਰਾ ਗੀਤ ਪਸੰਦ ਨਹੀਂ ਕੀਤਾ, ਤੇਰੀ ਗਾਇਕੀ ਪਸੰਦ ਨਹੀਂ ਹੈ, ਕਿ ਤੁਸੀਂ ਕਿਤੇ ਇਹ ਸਮਝ ਲਵੋ ਕਿ ਤੇਰੀ ਗਾਇਕੀ ਸਾਨੂੰ ਸੋਹਣੀ ਲੱਗੀ ਹੈ ਅਤੇ ਵਾਰ ਵਾਰ ਅਸੀਂ ਕਹਿ ਰਹੇ ਹਾਂ ਉਹੀ ਸੁਣਾ, ਉਹੀ ਸੁਣਾ, ਉਹੀ ਸੁਣਾ, ਤੇਰੀ ਗਾਇਕੀ ਠੀਕ ਨਹੀਂ ਹੈ, ਤੇਰੀ ਗਾਇਕੀ ਗਲਤ ਹੈ, ਕਿਉਂਕਿ ਇਸ ਪਿੰਡ ਦਾ ਛੋਟਾ ਛੋਟਾ ਬੱਚਾ ਵੀ ਮਾਹਿਰ ਹੈ ਸ਼ਾਸਤਰੀ ਸੰਗੀਤ ਵਿੱਚ। ਛੋਟੇ ਤੋਂ ਛੋਟਾ ਬੱਚਾ ਵੀ ਜਾਣਦਾ ਹੈ ਸੰਗੀਤ ਕਲਾ ਕੀ ਹੈ, ਸੰਗੀਤ ਕਿਸ ਨੂੰ ਕਹਿੰਦੇ ਨੇ, ਅਤੇ ਤੂੰ ਹਰ ਦਫਾ ਗਲਤੀ ਕਰਦਾ ਹੈ, ਹਰ ਦਫਾ ਗਲਤੀ ਕਰਦਾ ਹੈ ਗੀਤ ਵਿੱਚ। ਤੈਨੂੰ ਉਦੋਂ ਤੱਕ ਨਹੀਂ ਛੱਡਾਂਗੇ ਜਦੋਂ ਤੱਕ ਇਹੀ ਗੀਤ ਸ਼ੁੱਧ ਨਹੀਂ ਗਾਏਗਾ, ਉਦੋਂ ਤੱਕ ਨਹੀਂ ਛੱਡਾਂਗੇ, ਇਹ ਬੱਚੇ ਕਹਿ ਰਹੇ ਨੇ। ਕਹਿੰਦੇ ਨੇ ਸੰਗੀਤਕਾਰ ਨੂੰ ਮਾਫ਼ੀ ਮੰਗਣੀ ਪਈ ਕਿ ਜਿਤਨਾ ਕੁਛ ਮੇਰੇ ਕੋਲ ਹੈ ਮੈਂ ਇਹੀ ਗਾ ਸਕਦਾ, ਬਾਕੀ ਨਹੀਂ। ਅਤੇ ਇਸ ਗਾਥਾ ਨੂੰ ਆਪਣੇ ਜੀਵਨ 'ਤੇ ਲੈ ਜਾਣਾ, ਜੀਵਨ ਵਿੱਚ ਉਦੋਂ ਤੱਕ ਆਉਣਾ ਪਏਗਾ ਮਜਬੂਰਨ ਜਦੋਂ ਤੱਕ ਉਹ ਜੀਵਨ ਨਹੀਂ ਜੀਵਾਂਗੇ ਜਿਸ ਤਰ੍ਹਾਂ ਜੀਣਾ ਚਾਹੀਦਾ ਹੈ। ਜਿਸ ਤਰ੍ਹਾਂ ਦਾ ਸੰਗੀਤ ਚੱਲਣਾ ਚਾਹੀਦਾ ਹੈ ਜੀਵਨ ਵਿੱਚ, ਜਦੋਂ ਤੱਕ ਨਹੀਂ ਚੱਲੇਗਾ ਉਦੋਂ ਤੱਕ ਫਿਰ ਆਉਣਾ ਪਏਗਾ, ਫਿਰ ਆਉਣਾ ਪਏਗਾ, ਫਿਰ ਆਉਣਾ ਪਏਗਾ, ਫਿਰ
फिर भावें एक दफा नहीं भावें पंजा दफा, और पंजा दफा नहीं भावें सैकड़े दफा। तो आलमां दा कहना है कि जदों असी ठीक जीवन बतीत करांगे छुटकारा ताही होवेगा, तो फिर क्यों ना असी हुणे ही गा लईए। जदों छुटकारा ही तां होवेगा तो फिर क्यों ना गा लईए। जे नचना ही पैगा क्यों ना नचिए, फिर जे संगत तो बगैर गल नहीं बनेगी भावें दूजी दफा आ जा भावें तीजी दफा आ जा, फिर क्यों ना हुणे ही कर लईए। तो ये जिहड़ा मन है ये वस विच है दूतां दे, काम क्रोध लोभ हंकार इन्हां दे वस विच है। जदों क्रोध उत्पन्न हुंदा है तो मनुख दा मन इतना तड़फदा है जितना रब वास्ते नहीं तड़फदा। क्रोध उत्पन्न हो रहा है, रोकिया नहीं जा रहा, और अखीर विच क्रोध कर बैठदा है। ते कामना लई जितना तड़फदा है उतना रब वास्ते नहीं तड़फदा। मन वस दूतां दुरमत दोए पैड़ी मत, ते मेर तेर दी भावना दे विच मन मस्त है, इस करके ना मन मरदा है ना रब नाल मिलन हो रहा है। साहिब स्पष्ट कर रहे ने बाणी दे विच, ना मन मरे ना कारज होए, ना मन मरिया ना कारज होया, कारज रब नाल मिलन। फिर ये मन किस तरह मने, जुगती की है। मन माने गुरु ते, मन ये मंदा है गुरु दे नाल, क्योंकि कई दफा की होंदा है कि असी एक जानवर जो कि घर विच पालतू जानवर रखिया हुआ तो शरारत खेडदा है किसी के पिछे भजदा है, लेकिन जदों असी एक आवाज मारदे हाँ वापस आ जाता है एक आवाज दे नाल, क्योंकि पालतू है। मन वस विच आउंदा है जदों गुरु आवाज मारदा है, फिर मनुख दा मन मिट गया, फिर एकमिक हो गए आत्मा परमात्मा एकमिक हो गई। आत्मा ते मन ये दोवें वखरे वखरे नहीं हन, इन्हां नूं थोड़ा जिहा समझ लेना। मनुख समझ लैंदा है आत्मा वखरी है मन वखरा है, समझ लैंदा है नहीं, आत्मा दे विच्चों ही मन उत्पन्न होंदा है। नदी दे विच्चों ही लहर उत्पन्न हुई है, सागर दे विच्चों ही लहर उत्पन्न हुई है। लहर नूं समझ लेना मन, सागर नूं समझ लेना आत्मा, दोवें इक्को ही ने। लहर किस तरह पैदा हुई है, कहण लगे हवा दे नाल, इस नूं माया समझ लो। ये माया करके विचार पैदा हुए, माया करके बहुत आलीशान बंगला देख लिया है कि माया, अज है 100 साल बाद नहीं आएगा। तो जदों इसनों देख लिया अंदर लहर पैदा हुई, काश ये बंगला मेरे कोल भी होवे, काश ये कीमती कार मेरे कोल भी होवे, जदों कि ये माया है अज है 20 साल बाद नहीं आएगी। तो गुरु दे बोल सुनदियां गुरु दी कथा सुनदियां मन शांत हो जांदा है, लहर शांत हो जांदी है, ते ओही आत्मा परमात्मा रूप है। निर्गुण राम कि परमात्मा जो कि निर्गुण स्वरूप है। निर्गुण किसनों कहंदे ने,
निर्गुण तो मुराद ये ना समझ लेना कि परमात्मा दे विच कोई गुण ही नहीं है, ये ना समझ लेना। निर्गुण उसनों कहते ने परमात्मा रजो तमो सतो इन्ह तिन्नों विच नहीं है, तिन्नों तो वक्ख है निर्लेप। और वक्ख किस तरह, रविंद्रनाथ टैगोर अपने चेलियां नाल जा रहा सी ते की देखता है गंदगी दा ढेर पिया होया है ते उत्थे सूरज दियां किरणा पै रही ने। टैगोर नच पिया और नचदियां नचदियां कहिंदा है जिंदगी दा एक राज लभ पिया है जी, लभ पिया। जितने भी सेवक हैं शिष्य हैं वह कहते हैं महाराज की राज लभिया, गंदगी का ढेर इन्हों के उत्ते सूरज की किरणा पै रहा है की राज लभिया। कहता है गंदगी के ढेर ते सूरज दियां किरणा पै रही ने पर फिर भी सूरज गंदा नहीं हो रहा। परमात्मा चोरों विच भी बैठा है, लुटेरियों विच भी बैठा है, पखंडियों विच भी बैठा है, पर आप पखंडी नहीं है, आप लुटेरा नहीं है, आप चोर नहीं है। ये राज लभ गया मैं तो। इस निर्गुण परमात्मा नू जिहड़ा कि रजो तमो सतो तो बहुत उच्चा है तो इसनों गा, इसनों वस विच कर। तो किस तरह वस विच करिए, तो सियाने कहंदे ने कि किसी मनुख दे कोल पहुंचना होवे तो मनुख दी कमजोरी पकड़नी चाहिए। इहदी कमजोरी की है, इहदी कमजोरी किसी किस्म की भी हो सकती है, भावें धन कमजोरी होवे, भावें वासना कमजोरी होवे। परमात्मा नू मिलना होवे ता परमात्मा की कमजोरी नहीं है, परमात्मा का बहुत वड्डा एक गुण है। कहिंदे ने जे रब नू वस विच करना होवे एक बूटी है जिसनों कहिंदे ने ठग बूटी, जे रब नू ठगना होवे कहिंदे ने ए ठग बूटी अपने कोल रख ले, रब नू तो ठग ले। हद हो गई, जिहड़ा सारे जगत नू ठग रहा है परमात्मा। बायकायदा कबीर साहब ने गुरबाणी दे विच बोल बख्शे ने कि हरि एक ऐसा ठग है, हर ठग जग को ठगोरी लाई। हर ठग जदों पहली दफा शब्द पढ़िया ता रसना ही कंब रही सी कि रब नू ठग कह दिता। इतनी वड्डी ताकत कबीर दे कोल, कहंदे ने रब ठग है, हर ठग जग को ठगोरी लाई। सारे जगत नू ठगिया होया है, सारे जगत नू, कोई अपनी धुन विच मस्त है, कोई अपनी धुन विच, कोई अपनी धुन विच, कोई अपनी धुन विच। हर के वियोग कैसे जीवों मेरी माए, अगां दे बोल दिखना कहत कबीर ठग स्यो मन मानिया। कहिंदे ने मैं सीधी प्रीत जोड़ ली ठग दे नाल ही, रब दे नाल ही, गई ठगौरी ठग पहचानी। कि जदों मैं ठग नाल मोहब्बत कीती है, ठग नाल प्यार कीता है, कहिंदे ने मेरे जीवन दे विच जिहड़ी ठगौरी सी खत्म हो गई, माया खत्म हो गई। हुण ठग बूटी की है, कहिंदे कि जितने तू गुण कट्ठे कर सकदा है उतने गुण कट्ठे कर ले ते रब तेरे पिछे पिछे आंदा रहेगा। बाओ तैनू रब दी झलक मिलेगी, तैनू प्यार मिलेगा। गुण कट्ठे कर, मिठा बोलना ये भी गुण है, निम्रता रखना ये भी गुण है, किसी नू बख्श देना ये भी गुण है। वक्ख वक्ख किस्म दे राह दे विचों पत्थर नू हटा दिता, रोड़े नू हटा दिता, ये भी एक गुण है।
ਮਨੁੱਖ ਕਹਿੰਦਾ ਹੈ ਮੈਨੂੰ ਸੇਵਾ ਦਾ ਮੌਕਾ ਨਹੀਂ ਮਿਲਿਆ, ਸੇਵਾ ਤਾਂ ਵਿਖਰੀ ਹੋਈ ਹੈ ਜਗਤ ਦੇ ਵਿੱਚ, ਵਿਖਰੀ ਹੋਈ ਹੈ, ਤੇਰੇ ਕੋਲ ਹਿੰਮਤ ਹੋਏਗਾ। ਤਾਂ ਸਾਹਿਬ ਕਹਿੰਦੇ ਨੇ ਰਾਮ ਜੋ ਕਿ ਨਿਰਗੁਣ ਹੈ ਗੁਣੇ ਵਸ ਹੋਏ, ਜੇ ਤੇਰੇ ਕੋਲ ਗੁਣ ਹਨ ਤਾਂ ਗੁਣਾਂ ਦੇ ਰਾਹੀਂ ਉਹ ਤੇਰੇ ਵਸ ਵਿੱਚ ਹੋਵੇਗਾ। ਗੁਣ ਇਕੱਠੇ ਕਰਦਿਆਂ ਕਰਦਿਆਂ ਇੱਕ ਗੱਲ ਦਾ ਧਿਆਨ ਰੱਖਣਾ, ਕਿਉਂਕਿ ਕਈ ਦਫ਼ਾ ਮਨੁੱਖ ਦੇ ਜੀਵਨ ਵਿੱਚ ਇੱਕ ਭੁੱਲ ਹੋ ਜਾਂਦੀ ਹੈ, ਗੁਣ ਇਕੱਠੇ ਹੋ ਗਏ, ਹੰਕਾਰ ਵੱਧ ਗਿਆ। ਮੇਰੇ ਬੋਲ ਬਹੁਤ ਮਿੱਠੇ ਨੇ, ਇਹਦਾ ਵੀ ਹੰਕਾਰ ਹੋ ਗਿਆ। ਮੈਂ ਹਰ ਇੱਕ 'ਤੇ ਦਇਆ ਕਰਨਾ, ਇਹਦਾ ਵੀ ਹੰਕਾਰ ਹੋ ਗਿਆ। ਮੈਂ ਕਿਸੇ ਨੂੰ ਕੁਝ ਵੀ ਨਹੀਂ ਕਹਿੰਦਾ, ਇਹਦਾ ਵੀ ਹੰਕਾਰ ਹੋ ਗਿਆ। ਤਾਂ ਸਾਹਿਬ ਕਹਿੰਦੇ ਨੇ ਆਪ ਨਿਵਾਰ ਵਿਚਾਰੇ ਸੋਈ, ਜਿਹੜਾ ਆਪਣੇ ਆਪ ਨੂੰ ਮਿਟਾ ਦਿੰਦਾ ਹੈ ਹਕੀਕਤ ਤੱਕ ਉਹ ਪਹੁੰਚਦਾ ਹੈ, ਉਹ ਪਹੁੰਚਦਾ ਹੈ। ਨਹੀਂ ਤਾਂ ਇਹ ਜਿਹੜਾ ਮਨ ਹੈ, ਮਨ ਭੂਲੋ ਬਹੁ ਚਿਤੇ ਵਿਕਾਰ, ਵਿਕਾਰਾਂ ਦੇ ਵਿੱਚ ਮਨ ਭੁੱਲ ਜਾਂਦਾ ਹੈ, ਵਿਕਾਰਾਂ ਦੇ ਵਿੱਚ, ਕਿਉਂਕਿ ਉਲਝ ਗਿਆ, ਉਲਝ ਗਿਆ। ਇਤਨਾ ਉਲਝ ਗਿਆ ਮਨ, ਕਹਿੰਦੇ ਨੇ ਮਨ ਭੂਲੋ ਸਿਰ ਆਵੇ ਭਾਰ, ਮਨ ਭੁੱਲਦਾ ਗਿਆ, ਸਿਰ 'ਤੇ ਬੋਝ ਆਉਂਦਾ ਗਿਆ। ਕਿਹੜਾ ਬੋਝ? ਕਿਸੇ ਦੀ ਨਿੰਦਾ ਕਰ ਬੈਠੇ, ਇਹ ਵੀ ਸਿਰ 'ਤੇ ਬੋਝ ਹੈ। ਔਰ ਅਕਸਰ ਮਨੁੱਖ ਤੋਂ ਨਿੰਦਾ ਹੋ ਜਾਂਦੀ, ਗੁਸਤਾਖੀ ਮਾਫ਼ ਹੋ ਜਾਂਦੀ। ਜੇਕਰ ਉਹ ਨਿੰਦਾ ਕਰਦਾ ਨਹੀਂ ਤਾਂ ਨਿੰਦਾ ਸੁਣਨ 'ਤੇ ਵੀ ਮਜਬੂਰ ਹੋ ਜਾਂਦਾ ਹੈ, ਕਿਉਂਕਿ ਬਹੁਤ ਸਾਰੇ ਪ੍ਰੇਮੀ ਕਹਿ ਦਿੰਦੇ ਨੇ ਯਾਨੀ ਜੀ ਹੁਣ ਕੀ ਕਰੀਏ। ਜਿਹੜਾ ਮਨੁੱਖ ਕਿਸੇ ਦੀ ਨਿੰਦਾ ਸੁਣਾ ਰਿਹਾ ਹੈ, ਮਜਬੂਰੀ ਵਿੱਚ ਸੁਣ ਰਹੇ ਹਾਂ, ਉੱਠਣ ਦਾ ਜੀ ਵੀ ਕਰਦਾ ਹੈ ਲੇਕਿਨ ਉੱਠ ਨਹੀਂ ਸਕਦੇ, ਕੀ ਕਰੀਏ, ਮਜਬੂਰੀ ਹੈ ਵੀ ਸਾਡੀ। ਅਤੇ ਇਸ ਨੂੰ ਮੈਂ ਕਈ ਦਫ਼ਾ ਕਹਿ ਦਿੰਦਾ, ਵਾਕਈ ਇਹ ਸਾਡੀ ਮਜਬੂਰੀ ਨਹੀਂ ਹੈ, ਇਹ ਸਾਡੀ ਕਮਜ਼ੋਰੀ ਹੈ। ਮਨ ਸਾਡਾ ਕਮਜ਼ੋਰ ਹੈ, ਜੇ ਇਸ ਨੂੰ ਅਸੀਂ ਕਹਿ ਦੇਵਾਂਗੇ ਤੇਰੀ ਗੱਲ ਨਹੀਂ ਸੁਣਾਂਗੇ, ਨਾਰਾਜ਼ ਹੋ ਜਾਵੇਗਾ, ਸਾਡੀ ਕਮਜ਼ੋਰੀ ਹੈ। ਮਜਬੂਰੀ ਨਹੀਂ ਹੈ, ਕਮਜ਼ੋਰੀ ਹੈ। ਔਰ ਜੇ ਕਿਧਰੇ ਆਪ ਜੀ ਦੇ ਵਿੱਚ ਤਾਕਤ ਹੈ, ਸ਼ਕਤੀ ਹੈ, ਆਪ ਕਹਿ ਸਕਦੇ ਹੋ ਮੈਨੂੰ ਇਹ ਗੱਲ ਨਹੀਂ ਚਾਹੀਦੀ, ਮੈਨੂੰ ਤੂੰ ਰੱਬ ਦੀ ਗੱਲ ਸੁਣਨਾ, ਮੈਨੂੰ ਤੂੰ ਚੰਗੀ ਗੱਲ ਸੁਣਨਾ, ਮੈਂ ਕੀ ਕਰਨਾ ਇਸ ਗੱਲ ਨੂੰ ਸੁਣ ਕੇ। ਭਾਈ ਸਾਹਿਬ ਭਾਈ ਵੀਰ ਸਿੰਘ ਆਪ ਜੀ ਦੇਖਦੇ ਨੇ ਕਿ ਉਹਨਾਂ ਦਾ ਇੱਕ ਮਿੱਤਰ ਜੋ ਕਿ ਅਖਬਾਰ ਪੜ੍ਹਦਾ ਪਿਆ ਹੈ, ਕੋਈ ਮਾੜੀ ਗੱਲ ਨਹੀਂ ਹੈ ਅਖਬਾਰ ਪੜ੍ਹਨਾ, ਉਹਦੇ ਵਿੱਚ ਵੀ ਕੋਈ ਗਿਆਨ ਹੁੰਦਾ ਹੈ, ਕੋਈ ਜਾਣਕਾਰੀ ਹੁੰਦੀ ਹੈ। ਪਰ ਉਹਨਾਂ ਮਹਾਂਪੁਰਸ਼ਾਂ ਦਾ ਸਮਝਾਉਣ ਦਾ ਇੱਕ ਤਰੀਕਾ ਦੇਖਣਾ ਕੈਸਾ ਸੀ। ਜਿਵੇਂ ਜਿਵੇਂ ਉਹ ਅਖਬਾਰ ਪੜ੍ਹਦਾ ਹੈ, ਭਾਈ ਸਾਹਿਬ ਨੇ ਅਖਬਾਰ ਖੋਹ ਲਈ, ਇੱਕ ਪਾਸੇ ਰੱਖ ਦਿੱਤੀ, ਦੂਜੀ ਦਫ਼ਾ ਫਿਰ ਮੁੜ ਕੇ ਆਉਂਦੇ ਨੇ ਭਾਈ ਸਾਹਿਬ, ਦੇਖਦੇ ਨੇ ਕਿ ਅਖਬਾਰ ਫਿਰ ਚੁੱਕ ਕੇ ਪੜ੍ਹਦਾ ਪਿਆ। ਮਹਾਂਪੁਰਸ਼ਾਂ ਨੇ ਫਿਰ ਅਖਬਾਰ ਖੋਹੀ ਹੈ, ਫਿਰ ਰੱਖ ਦਿੱਤੀ ਹੈ। ਇਸੇ ਤਰ੍ਹਾਂ ਦੋ ਦਫ਼ਾ, ਤਿੰਨ ਦਫ਼ਾ, ਚਾਰ ਦਫ਼ਾ, ਪੰਜ ਦਫ਼ਾ, ਇਸੇ ਤਰ੍ਹਾਂ ਹੁੰਦਾ ਰਿਹਾ। ਅਤੇ ਅਖੀਰ ਵਿੱਚ ਭਾਈ ਸਾਹਿਬ ਨੇ ਇੱਕ ਗੱਲ ਕਹਿ ਦਿੱਤੀ, ਪੁਰਖਾ ਪਹਿਲਾਂ ਮੈਨੂੰ ਇਹ ਦੱਸ ਅਖਬਾਰ ਵਿੱਚ ਕੀ ਲਿਖਿਆ ਹੋਇਆ ਹੈ, ਇਹ ਦੱਸ। ਅਤੇ ਉਸਨੇ ਕਹਿ ਦਿੱਤਾ, ਮਹਾਰਾਜ ਕੁਛ ਵੀ ਨਹੀਂ, ਕੂੜਾ ਕਰਕਟੇ, ਕੁਛ ਵੀ ਨਹੀਂ, ਵਾਕਈ ਬੇਕਾਰ ਦੀਆਂ ਖਬਰਾਂ ਨੇ, ਕਿਸੇ ਨੂੰ ਕਿਸੇ ਨੇ ਮਾਰ ਦਿੱਤਾ, ਕਿਸੇ ਨੇ ਕਿਸੇ ਦਾ ਧਨ ਖੋਹ ਲਿਆ, ਕਿਸੇ ਨੇ ਕਿਸੇ ਦਾ ਰੇਪ ਕਰ ਦਿੱਤਾ, ਬਸ ਇਸੇ ਤਰ੍ਹਾਂ ਦੀਆਂ ਖੇਡਾਂ ਗੱਲਾਂ ਨੇ, ਕੂੜਾ ਕਰਕਟ। ਅਤੇ ਮਹਾਂਪੁਰਸ਼ ਕਹਿੰਦਾ ਤੇਰੇ ਦਿਮਾਗ ਦੇ ਵਿੱਚ ਕੂੜਾ ਕਰਕਟ ਪਹਿਲਾਂ ਘੱਟ ਹੈ, ਜੋ ਹੋਰ ਵਰਦਾ ਪਿਆ ਹੈ, ਹੋਰ ਵਰਦਾ ਪਿਆ। ਗੱਲ ਉਸਨੂੰ ਸਮਝ ਆ ਗਈ,
ਕਹਿਣ ਤੋਂ ਮੁਰਾਦ ਸਾਡੇ ਜੀਵਨ ਦੇ ਵਿੱਚ ਕੂੜਾ ਕਰਕਟ ਗੁਸਤਾਖੀ ਮਾਫ ਪਹਿਲਾਂ ਤੋਂ ਹੀ ਬਹੁਤ ਭਰਿਆ ਹੋਇਆ ਹੈ, ਹੋਰ ਗੱਲਾਂ ਸੁਣ ਕੇ ਕੀ ਕਰਾਂਗੇ। ਜੇ ਸੁਣਾ ਸਕਦਾ ਹੈ ਰੱਬ ਦੀ ਗੱਲ ਸੁਣਾ। ਧੰਨ ਗੁਰੂ ਨਾਨਕ ਸਾਹਿਬ ਜੀ ਜਿੱਥੇ ਵੀ ਗਏ ਨੇ ਬਸ ਇੱਕ ਦੀ ਚਰਚਾ ਕਰਦੇ ਨੇ, ਇੱਕ ਦੀ ਗੱਲ ਕਰਦੇ ਨੇ। ਕਿਸੇ ਨੂੰ ਇਹ ਨਹੀਂ ਪੁੱਛਦੇ ਤੇਰੀ ਖੇਤੀਬਾੜੀ ਕਿਸ ਤਰ੍ਹਾਂ ਚੱਲ ਰਹੀ ਹੈ, ਤੇਰਾ ਕਾਰੋਬਾਰ ਕਿਸ ਤਰ੍ਹਾਂ ਚੱਲ ਰਿਹਾ ਹੈ, ਤੇਰਾ ਪਰਿਵਾਰ ਕਿਸ ਤਰ੍ਹਾਂ ਚੱਲ ਰਿਹਾ ਹੈ, ਨਹੀਂ ਪੁੱਛਦੇ ਕਿਸੇ ਨੂੰ। ਪਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ।